लो जी, अज दा व्लॉग होण लगे इत्थों शुरू। अज मां लक्ष्मी दा वर्त है, मेरा शुक्रवार है, जोत करती। आए मेरे हाथ दी कला, एक तो लड्डू गोपाल जी दे वाल जो मैं बाजारी वाल लिया के जेड़े औरतां पाउंदियां गुत्त च, उन्हां वालां दे बनाए करे मशीन ते। आ देखो इत्थों दी मशीन चलाई हुई, ते आ माला वगैरह उत्ते मैं आप लाईआं, ते आ जिवें लड्डू गोपाल जी दे माला पाईआं, ये भी सब मैं बनाईआं आप। मैं हर चीज़ लड्डू गोपाल जी की घरे बनाई है, जिहड़ी है ड्रेस पा रखी है लड्डू गोपाल जी ने, ये भी मैं घरे ही बनाई है आप ही। ते आ देखो इस तरह ये वाल पे नाई दे है, पिछे कपड़े पे कोई पिछे चलता पंजाबी चैनल, देखो किन्ने सोहने लगते हैं लड्डू गोपाल जी के वाल पाए हुए। देखो देखो बैठे दे किन्ना सोहना घेर लगता है वालां दा। आ एक मैं ड्रेस बनाई है लड्डू गोपाल जी दी, दस्सियो केहड़ी है, कल नूं मकर संक्रांति ते पावांगे। देखो इस तरह वन शोल्डर घेर वाली ड्रेस है, ते नाल ही इहदे जिवें लड्डू गोपाल जी दा आ टोपी नाल ही अटैच करी हुई है, ते नाले आह लड्डू गोपाल जी दा जिवें जांगी आ नाले अटैच करिया हुआ आ। आ देखो जी अपने देश दे झंडे वाली ड्रेस बनाई है मैं लड्डू गोपाल जी दी, पर ये मैं हुण नहीं बनाई सी, ये मैं थोड़ा टाइम पहला बनाई सी तिरंगे दी। देखो आ लड्डू गोपाल जी दी घगरी है, आ जिवें उत्ते लड्डू गोपाल जी दी घगरी दे उत्ते चोली हुंदी है, ते आ जिवें हैगी है लड्डू गोपाल जी दी पगड़ी। ਨਾਲੇ 26 ਜਨਵਰੀ ਨੂੰ ਪਾਉਂਦੀ ਹਾਂ, ਹੁਣ ਅੱਗੇ ਆ ਰਹੀ ਹੈ ਨਾ 26 ਜਨਵਰੀ, ਬਣਾਈ ਤਾਂ ਮੈਂ ਪਹਿਲਾਂ ਸੀ, ਇਹਦਾ ਵੀਡੀਓ ਨਹੀਂ ਮੈਂ ਬਣਾਇਆ, ਬਣਾਇਆ ਤਾਂ ਸੀ ਮੈਂ ਥੋੜ੍ਹਾ ਬਹੁਤਾ, ਪਰ ਫੋਨ 'ਚੋਂ ਡਿਲੀਟ ਕਰਤਾ ਕਿਉਂਕਿ ਪਹਿਲਾਂ ਮੈਂ ਵਲੋਗ ਨਹੀਂ ਬਣਾਉਂਦੀ ਸੀ ਨਾ, ਉਦੋਂ ਦਾ ਵੀਡੀਓ ਬਣਾਇਆ ਹੋਇਆ ਸੀ। ਫਿਰ ਅਸੀਂ ਸੋਚਿਆ ਚੱਲ ਵੀ ਹੁਣ ਸਟੇਟਸ ਵਗੈਰਾ ਲਾ ਲਈ, ਹੁਣ ਉਡਾ ਦਿੰਦੇ ਹਾਂ। ਆ ਦੇਖੋ ਇਹ ਮੈਂ 26 ਜਨਵਰੀ 'ਤੇ ਪੈਣ ਆਉਂਗੀ ਲੱਡੂ ਗੋਪਾਲ ਜੀ ਨੂੰ, ਅਤੇ ਇਹ 15 ਅਗਸਤ 'ਤੇ ਬਣਾਈ ਸੀਗੀ। ਕਈ ਵਾਰੀ ਜਵਾਕ ਆ ਜਿਹੜੇ ਵਿਚਾਲੇ ਬੋਲੀ ਜਾਂਦੇ ਆ, ਫਿਰ ਕਈ ਵਾਰੀ ਵਿੱਚੋਂ ਵੀਡੀਓ ਕੱਟ ਕੱਟ ਕੇ ਜੋੜਨਾ ਪੈਂਦਾ, ਇਸ ਕਰਕੇ ਤੁਸੀਂ ਇਹ ਜਾਣਦੇ ਹੋਵੋਗੇ ਵੀ ਇਹ ਕੱਟ ਮਾਰਦੇ ਆ ਵੀਡੀਓ ਦੇ ਵਿੱਚ ਬਹੁਤ ਸਾਰੇ, ਪਰ ਸਾਨੂੰ ਜਵਾਕ ਹੈ ਕਈ ਵਾਰੀ ਗਲਤ ਬੋਲ ਜਾਂਦੇ ਆ ਜਾਂ ਕੁਛ, ਫਿਰ ਸਾਨੂੰ ਉਹ ਕੱਟਣਾ ਪੈ ਜਾਂਦਾ। ਅਤੇ ਆ ਦੇਖੋ ਲੱਡੂ ਗੋਪਾਲ ਜੀ ਦੀ ਡਰੈਸ, ਤੁਹਾਨੂੰ ਸੋਹਣੀ ਲੱਗੇ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ। ਐਵੇਂ ਮੈਂ ਨਾਲ ਹੀ ਅਟੈਚ ਕਰਤੀ ਟੋਪੀ, ਤਾਂ ਕਿ ਡਰੈਸ ਪਾਉਂਦੇ ਵਾਰੀ ਥੱਲੇ ਨਾ ਟੋਪੀ ਡਿੱਗੇ, ਅਗਰ ਜੇ ਕੱਪੜਾ ਲੱਡੂ ਗੋਪਾਲ ਜੀ ਦਾ ਥੱਲੇ ਡਿੱਗ ਪਏ ਫਿਰ ਮੈਂ ਉਹਨੂੰ ਦੁਬਾਰੇ ਤੋਂ ਧੋਨੀ ਹੈ, ਤਿਆਰ ਕਰਦੀ ਹਾਂ ਦੁਬਾਰੇ ਤੋਂ ਵਾਸ਼ ਕਰਕੇ। ਆ ਡਰੈਸ ਬਣਾਈ ਹੈ ਮੈਂ ਇੱਕ ਲੱਡੂ ਗੋਪਾਲ ਜੀ ਦੀ, ਡਬਲ ਐਵੇਂ ਡਬਲ ਝਾਲਰ ਲਾ ਕੇ ਵਾਈਟ ਡਰੈਸ,
ਜਿਵੇਂ ਇੱਕ ਝਾਲਰ ਹੁੰਦੀ ਹੈ ਨਾ, ਆਹ ਦੇਖੋ ਇੱਕ ਥੱਲੇ ਹੈ, ਇੱਕ ਇਸ ਤੋਂ ਉੱਤੇ ਹੈ। ਇਹ ਡਬਲ ਝਾਲਰ ਦੀ ਵਾਈਟ ਕਲਰ ਦੀ ਡਰੈਸ ਹੈ, ਇਹਦੇ ਨਾਲ ਹੀ ਜਿਵੇਂ ਲੱਡੂ ਗੋਪਾਲ ਜੀ ਦਾ ਜਾਂਘੀ ਆ ਅਤੇ ਟੋਪੀ ਅਟੈਚ ਕਰੇ ਵੀ ਹੈ। ਆਹ ਦੇਖੋ ਹਲੋ ਜੀ, ਹੁਣ ਜਾ ਰਹੇ ਆ ਲੱਡੂ ਗੋਪਾਲ ਜੀ ਚਾਏ ਪੀਣ ਵਾਸਤੇ। ਲੱਡੂ ਗੋਪਾਲ ਜੀ ਚਾਏ ਪੀ ਲਓ। ਸਵੇਰੇ ਸਵੇਰੇ ਨਾ ਧੋ ਲੇ ਤੁਸੀਂ ਵੀ, ਕਿਉਂਕਿ ਅੱਜ ਵਰਤ ਹੈ ਤੇ ਲਓ ਜੀ ਆ ਗਈ ਸਾਡੀ ਪਰੀ ਉੱਠ ਕੇ ਬਾਹਰ, ਤੇ ਆ ਗਈ ਹੈ ਪੇਂਡੂ ਅੰਦਾਜ਼ 'ਚ ਸਬਜ਼ੀ ਲਿਫਾਫਾ ਭਰ ਕੇ, ਨਾਲੇ ਆ ਗਿਆ ਚੀਕੂ ਕਿਉਂਕਿ ਅੱਜ ਮੇਰਾ ਵਰਤ ਹੈ। ਅੱਜ ਪਿੰਕੂ ਨੂੰ ਸੋਚ ਗਈ ਅਤੇ ਚੀਕੂ ਲੈ ਚੱਲਾਂ, ਨਹੀਂ ਤਾਂ ਇੱਕ ਨੰਬਰ ਦਾ ਕੰਜੂਸ। ਅਤੇ ਆਹ ਦੇਖੋ ਪਰੀ ਕਿੰਨੀ ਖੁਸ਼, ਪਰੀ ਇੱਧਰ ਦੇਖੀ ਤੇ ਦੇਖੀ, ਦੇਖੋ ਦੇਖੋ ਦੇਖੋ, ਦੇਖਿਆ ਪਰੀ ਨੇ, ਪਰੀ ਨੂੰ ਦੇਖ ਲਿਆ। ਅੱਜ ਹੈਗੀ ਲੋਹੜੀ, ਲੋਹੜੀ ਦਾ ਕਰਕੇ ਸਾਰੇ ਖੁਸ਼ ਹੈ, ਤੇ ਕਿਉਂਕਿ ਛੋਟੇ ਮੋਟੇ ਤਿਉਹਾਰ ਮਨਾਉਣ 'ਚ ਖੁਸ਼ੀ ਹੁੰਦੀ ਹੈ, ਖੁਸ਼ ਤਾਂ ਹੈ। ਪਰ ਮੇਰੇ ਇੱਕ ਗੱਲ ਜ਼ਰੂਰ ਯਾਦ ਆਉਂਦੀ ਹੈ ਲੋਹੜੀ ਵਾਲੇ ਦਿਨ, ਉਹ ਗੱਲ ਐਂ ਆਉਂਦੀ ਹੈ ਯਾਦ ਕਿ ਸਾਡੇ ਘਰਾਂ 'ਚੋਂ ਚਾਚਾ ਸਹੁਰਾ ਲੱਗਦਾ ਸੀ ਅਤੇ ਉਹਦੇ ਮੁੰਡੇ ਦਾ ਸੀ ਵਿਆਹ, ਵਿਆਹ ਕੀ ਸੀ ਮਾਘੀ ਵਾਲੇ ਦਿਨ ਵਿਆਹ ਉਹਦਾ, ਅਤੇ ਚੁੰਨੀ ਚੜਾਇਆ ਜਿਹਾ ਕਰਨਾ ਸੀ। ਉਹਦਾ ਰਿਸ਼ਤਾ ਮਸਾਂ ਹੀ ਹੋਇਆ ਸੀ, ਜਿਵੇਂ 30 ਸਾਲ ਦੀ ਉਮਰ ਹੋ ਗਈ ਸੀ, ਅਸੀਂ ਬਹੁਤ ਖੁਸ਼ ਸੀ ਵੀ ਚੱਲ ਇਹਦਾ ਰਿਸ਼ਤਾ ਹੋ ਗਿਆ ਅਤੇ ਇਹਦਾ ਵਿਆਹ ਹੋਊਗਾ। ਬਹੂ ਵੀ ਬਹੁਤ ਜ਼ਿਆਦਾ ਸੋਹਣੀ, ਅਤੇ ਅਸੀਂ ਵੀ ਬਹੁਤ ਜ਼ਿਆਦਾ ਖੁਸ਼ ਸੀ, ਨਵੇਂ ਨਵੇਂ ਜਿਵੇਂ ਕੱਪੜੇ ਭੱਜ ਭੱਜ ਕੇ ਸਮਾ ਲਿਆਈਆਂ, ਅਤੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਵੀ, ਕਿਉਂਕਿ ਦੋ ਖੁਸ਼ੀਆਂ, ਇੱਕ ਤਾਂ ਲੋਹੜੀ ਦੀ ਅਤੇ ਇੱਕ ਨਾਲ ਅਗਲੇ ਦਿਨ ਮਾਘੀ ਵਾਲੇ ਦਿਨ ਵਿਆਹ ਸੀ ਵਿਆਹ ਦੀ। ਤਾਂ ਫਿਰ ਕੀ ਹੋਇਆ ਵੀ ਪਹਿਲੇ ਦਿਨ ਅਸੀਂ ਬਹੁਤ ਨੱਚੇ ਨੁੱਚੇ ਅਤੇ ਸਾਰੇ ਜਣੇ ਨੇ ਰਲ ਕੇ ਜਿੰਨੀ ਵੀ ਹੋ ਸਕੀ ਵੀ ਖੁਸ਼ੀ ਮਨਾਈ, ਤਾਂ ਵੀ ਇਹਦਾ ਮਸਾਂ ਰਿਸ਼ਤਾ ਹੋਇਆ ਅਤੇ ਵੀ ਮਤਲਬ ਸਾਰਿਆਂ ਨੂੰ ਐਂ ਹੋ ਗਿਆ ਵੀ ਚੱਲ ਇਹਦਾ ਵੀ ਘਰ ਵੱਸ ਜੂਗਾ। ਬਹੁਤ ਖੁਸ਼ੀ ਮਨਾਈ ਅਤੇ ਲੋਹੜੀ ਤੋਂ ਪਹਿਲੇ ਦਿਨ ਕਹਿੰਦੇ ਵੀ ਲੋਹੜੀ ਅਗਲੇ ਦਿਨ ਮੱਚਦੀ ਲੋਹੜੀ ਹੁੰਦੀ ਹੈ ਕਹਿੰਦੇ, ਅਤੇ ਆਪਾਂ ਅੱਗ ਨੂੰ ਸੰਬੰਧੀ ਜਿਹੜੀ ਚੀਜ਼ ਆਪਾਂ ਉਸ ਤੋਂ ਟਲਦੇ ਵੀ ਹਾਂ ਥੋੜ੍ਹੇ ਜਿਹੇ, ਅਤੇ ਚੱਲ ਕਹਿੰਦੇ ਆਪਾਂ ਵੀ ਲੋਹੜੀ ਤੋਂ ਪਹਿਲੇ ਦਿਨ ਹੀ ਮਹਿੰਦੀ ਲਾ ਲਈਏ, ਫਿਰ ਕੱਲ੍ਹ ਨੂੰ ਆਪਾਂ ਲੋਹੜੀ ਮਨਾਵਾਂਗੇ ਸਾਰੇ, ਨਾਲੇ ਆਪਾਂ ਕੱਲ੍ਹ ਨੂੰ ਚਲੋ ਆਇਆ ਗਿਆ ਵੀ ਆਜੂਗਾ ਐਂ ਕਰਕੇ, ਅਤੇ ਵੀ ਤਿਆਰ ਹੋਈ ਜਾਈਏ ਵੀ ਮਹਿੰਦੀ 'ਤੇ ਜਾਣਾ। ਅਤੇ 8:30 ਦਾ ਟਾਈਮ ਹੋ ਗਿਆ, ਰੋਟੀਆਂ ਰਾਟੀਆਂ ਖਾ ਲਈਆਂ, ਸਾਰਾ ਕੁਛ ਕਰ ਲਿਆ ਵੀ ਤਿਆਰ ਹੋ ਗਏ ਜਾਣ ਵਾਸਤੇ, ਤਿਆਰ ਹੋ ਗਏ ਇੱਕਦਮ ਚੀਕਾਂ ਜਿਹੀਆਂ ਸੁਣੀਆਂ ਵੱਜਦੀਆਂ, ਅਤੇ ਅਸੀਂ ਆਖੇ ਵੇਖ ਕੇ ਆਈਏ ਵਿਆਹ ਵਾਲਿਆਂ ਦੇ ਘਰੇ, ਲੜਾਈ ਹੋ ਗਈ ਵੇਖ ਕੇ ਆਈਏ, ਅੱਗੇ ਲੜ ਲੁੜ ਵੀ ਪੈਂਦੇ ਸੀ ਪਿੰਡਾਂ 'ਚ ਲੋਕ ਦਾਰੂ ਦੂਰ ਪੀਤੀ ਵਾਲੇ, ਚੱਲ ਵੀ ਐਂ ਕਹਿ ਕੇ ਇੱਥੇ ਵੇਖਣ ਜਾ ਵੜੇ। ਵੇਖਣ ਗਏ ਤਾਂ ਉਹ ਜਿਹੜਾ ਮੁੰਡੇ ਦਾ ਪਿਓ ਸੀ ਨਾ, ਉਹਨੂੰ ਇੱਕਦਮ ਹੀ ਪਿਆ ਦੌਰਾ ਅਤੇ ਉਹ ਮੁੱਕ ਗਿਆ, ਅਤੇ ਫਿਰ ਕਿਹੜੀਆਂ ਉੱਥੇ ਖੁਸ਼ੀਆਂ ਸੀ, ਕਿਹਨੂੰ ਵਿਆਹ ਸੁੱਝਣਾ ਸੀ, ਇੱਕ ਵਾਰੀ ਇੰਨਾ ਜ਼ਿਆਦਾ ਬਜ਼ੁਰਗ ਵੀ ਹੈ ਨਹੀਂ ਸੀ, ਅਤੇ ਬਸ ਕੋਈ ਇਸ ਇਹੋ ਜਿਹੀ ਉਹਨੇ ਮਨ 'ਚ ਕਰ ਲਈ ਖੁਸ਼ੀ, ਖੁਸ਼ੀ ਨਾਲ ਹੀ ਉਹਨੂੰ ਦੌਰਾ ਪੈ ਗਿਆ। ਚੱਲ ਵੀ
मुड़ के एक दिन तो सारे चुप रहे, अगले दिन लोहड़ी वाले दिन बेचारे का ओहदा संस्कार। लोहड़ी किन्ने मनानी सी, किनू सुझनी सी लोहड़ी, लोहड़ी वाले दिन संस्कार। तो फिर शाम को यह गल तय हुई भी आप विआह बनने, वे चल विआह लियावांगे। तो जिस दिन जाना सी विहुण, उस दिन साडे सब दे पुराने कपड़े पाए वे, तो असी सारे चुप जे करके खड़े। चार के जाने गए तो विआह लिया, कोई खुशी नहीं कोई कुछ नहीं। तो ऐ होई एक बारी लोहड़ी नू, जो लोहड़ी आँदी है उदो साढ़े गल तो याद आ जाती है। चलो फिर भी एवें सोचते हैं भी चलो अगे अगे विआह तो होर हुंदे ही रहे है, तो मरन वाले ने भी मरना ही है, जन्म वाले ने भी जन्मना ही है। की पता लगता बंदे का, एक मिनट का वसा नहीं कदों बंदे ने जा उड़ना। हेलो जी, लड्डू गोपाल भी आ गए धुप्पे, तुसी मिलो इन्हां दे नाल, लड्डू गोपाल जी दे नाल। लड्डू गोपाल जी का नाम मैं बाल गोपाल जी रखिया। देखो इन्हां दे केस जिहड़े मैं सुबह दस्या सी वी मैं आप बनाए है, ते इन्हां दीआं माला जिहड़ियां आ एक सैड वाली माला है, आ देखो इस तरह मोढ़े ते रहिंदी है, आ भी मैं बनाई है। ते आ जिहड़ियां माला गल च पाईआं वी आ सब मेरियां बनाईआं वी आप दीआं। थोड़ा जिहा चक्किआ ना हत्थ च तां करके मुकट ढिल्ला हो गया। ਤਾਂ ਲੱਡੂ ਗੋਪਾਲ ਜੀ ਮੈਨੂੰ ਹਰ ਰੋਜ਼ ਸੁਪਨੇ 'ਚ ਦਿਸਦੇ ਹੁੰਦੇ ਸੀ, ਅਤੇ ਜਾਣੀ ਵੀ ਮੈਂ ਲੱਡੂ ਗੋਪਾਲ ਜੀ ਨੂੰ ਲੈ ਕੇ, ਅਤੇ ਜਿਵੇਂ ਮੈਂ ਕਦੇ ਲੈ ਕੇ ਆਈ ਹਾਂ ਘਰੇ, ਅਤੇ ਕਦੇ ਮੈਂ ਕਿਤੇ ਲੈ ਕੇ ਗਈ ਹਾਂ, ਅਤੇ ਮੈਨੂੰ ਹਰਦਮ ਸੁਪਨੇ 'ਚ ਦਿਸਦੇ ਰਹਿੰਦੇ। ਤਾਂ ਇੱਕ ਦਿਨ ਇਹੋ ਜਿਹਾ ਹੋਇਆ, ਸਭ ਨੇ ਮਨਾ ਕਰਿਆ ਨਹੀਂ ਲਿਆਉਣਾ, ਆਪਣੇ ਘਰੇ ਆਏ ਹਾਂ ਆਪਣੇ ਘਰੇ ਜਿਉਂ ਆ, ਆਪਾਂ ਨੂੰ ਸਾਰੇ ਟੋਕਣਗੇ, ਕਹਿਣਗੇ ਆਪਾਂ ਜੱਟ ਜ਼ਿਮੀਂਦਾਰ ਹੈ, ਆਪਾਂ ਲੱਡੂ ਗੋਪਾਲ ਦੀ ਸੇਵਾ ਨਹੀਂ ਕਰ ਸਕਦੇ, ਉਹ ਹੈ ਵਾਹ ਹੈ ਨਿਰਾ ਹੀ ਕੁਛ ਵੀ। ਮਤਲਬ ਜਿੰਨਾ ਵੀ ਮੈਂ ਸੋਚਦੀ ਨਾ ਵੀ ਲੱਡੂ ਗੋਪਾਲ ਨੂੰ ਲਿਆਉਣਾ, ਤਾਂ ਉਨੀ ਮੈਂ ਪਿਛਾ ਜਾਂਦੀ। ਤਾਂ ਇੱਕ ਦਿਨ ਇਹੋ ਜਿਹਾ ਹੋਇਆ, ਮੈਂ ਰਿੰਕੂ ਨੂੰ ਆਖਿਆ ਵੀ ਮੇਰਾ ਮਨ ਐਵੇਂ ਕਰਦਾ ਵੀ ਲੱਡੂ ਗੋਪਾਲ ਜੀ ਨੂੰ ਲਿਆਈਏ। ਰਿੰਕੂ ਕਹਿੰਦਾ ਚੱਲ ਫਿਰ ਆਪਾਂ ਲਿਆਉਂਦੇ ਹਾਂ। ਮੈਂ ਕਿਹਾ ਕੋਈ ਕਹੂਗਾ ਤਾਂ ਨਹੀਂ ਵੀ ਲੱਡੂ ਗੋਪਾਲ ਨੂੰ ਕਿਉਂ ਘਰੇ ਰੱਖ ਰੱਖਿਆ, ਫਿਰ ਆਪਾਂ ਕੀ ਕਰਾਂਗੇ। ਕਹਿੰਦਾ ਉਹ ਤੂੰ ਜਾਣ। ਮੈਂ ਕਿਹਾ ਚੰਗਾ ਚੱਲ ਫਿਰ। ਮੈਂ ਲੱਡੂ ਗੋਪਾਲ ਜੀ ਨੂੰ ਲਿਆਈ, ਬਾਜ਼ਾਰੋਂ ਜਾ ਕੇ ਲਈ, ਕੋਈ ਕਿਸੇ ਦਾ ਗਿਫਟ ਕਰਿਆ ਹੋਇਆ ਨਹੀਂ ਕੋਈ ਕੁਛ ਨਹੀਂ, ਮੈਂ ਆਪ ਲਿਆਈ ਹਾਂ ਜਾ ਕੇ ਲੱਡੂ ਗੋਪਾਲ ਜੀ ਨੂੰ ਘਰੇ। ਪੂਰੇ ਸਵਾਗਤ ਨਾਲ ਅਸੀਂ ਕਰੀ ਤਿਆਰੀ, ਅਤੇ ਇਹਦਾ ਛੋਟ ਵੀਡੀਓ ਵੀ ਇੱਕ ਮੇਰਾ ਪਾਇਆ ਮੈਂ, ਛੋਟੋ ਸੋ ਲੱਡੂ ਗੋਪਾਲ ਸੱਖੀ ਵੀ ਬੜੋ ਪਿਆਰੋ ਹੈ, ਉਹੀ ਮੇਰਾ ਇਹਦਾ ਵੀਡੀਓ ਪਾਇਆ ਮੈਂ, ਜਿੱਦੇ ਸਾਲ ਹੋ ਗਿਆ ਸੀ ਜਨਮ ਦਿਨ ਵਾਲੇ ਦਿਨ ਇਹਦਾ, ਉਸ ਦਿਨ ਵੀਡੀਓ ਪਾਇਆ ਗਿਆ। ਅੱਜ ਵੀ ਮੈਂ ਕੋਈ ਗਲਤੀ ਕਰਾਂ ਜਾਂ ਇਹਨੂੰ ਖਵਾਉਣਾ ਪਿਆਉਣਾ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਗੱਲ ਭੁੱਲ ਜਾਂ, ਤਾਂ ਇਹ ਮੈਨੂੰ ਯਾਦ ਕਰਾਉਂਦਾ, ਅਤੇ ਮੈਨੂੰ ਆਵਾਜ਼ ਵੀ ਮਾਰਦਾ। ਮਤਲਬ ਇਹ ਅੰਧ ਵਿਸ਼ਵਾਸ ਨਹੀਂ, ਇਹ ਵਿਸ਼ਵਾਸ ਹੈ। ਮੈਂ ਇਸ ਗੱਲ ਨੂੰ, ਮੇਰਾ ਦਿਲ ਕਹਿੰਦਾ ਅਤੇ ਮੈਂ ਪੱਕੀ ਗਰੰਟੀ ਇਸ ਗੱਲ ਦੀ ਦਿੰਦੀ ਹਾਂ ਵੀ ਇਹ ਅੰਧ ਵਿਸ਼ਵਾਸ ਨਹੀਂ ਗਾ, ਵਿਸ਼ਵਾਸ ਹੈ। ਇਹ ਆਪ ਹੈ ਕ੍ਰਿਸ਼ਨ ਕਨਈਆ ਜਿਹੜਾ ਹਰ ਦਮ ਮੇਰੇ ਨਾਲ ਰਹਿੰਦਾ। ਤਾਂ ਲੱਡੂ ਗੋਪਾਲ ਜੀ ਨੂੰ ਮੈਂ ਥੋੜ੍ਹੀ ਜਿਹੀ ਦੇਰ ਧੁੱਪੇ ਵੀ ਲਿਆਉਂਦੀ ਹੈ, ਅਤੇ ਜੇ ਸਰਦੀ ਹੋਵੇ ਫਿਰ ਮੈਂ ਲੱਡੂ ਗੋਪਾਲ ਜੀ ਨੂੰ ਅੱਗ ਵੀ ਸੁਕਾਉਂਦੀ ਹੈ, ਜਿਵੇਂ ਅਸੀਂ ਅੱਗ ਸੇਕਦੇ ਹਾਂ ਨਾ ਉਵੇਂ ਅੱਗ ਵੀ ਸੁਕਾਉਂਦੀ ਹੈ, ਚਾਹ ਵੀ ਪਿਆਉਂਦੀ ਹੈ, ਦੁੱਧ ਵੀ ਪਿਆਉਂਦੀ ਹੈ, ਰੋਟੀ ਵੀ ਖਵਾਉਂਦੀ ਹੈ, ਸ਼ਾਮ ਨੂੰ ਪਰਾਠਾ ਬਣਾ ਕੇ ਖਵਾਉਂਦੀ ਹੈ, ਨਾਸ਼ਤਾ ਵੀ ਕਰਾਉਂਦੀ ਹੈ। ਅਤੇ ਮੈਨੂੰ ਇਹ ਹਰ ਰੋਜ਼, ਜੇ ਮੈਂ ਕੋਈ ਗਲਤੀ ਕਰਾਂ ਤਾਂ ਮੈਨੂੰ ਉਹ ਗਲਤੀ ਵੀ ਇਹ ਦੱਸਦਾ। ਇਹ ਮੈਂ ਅੰਧ ਵਿਸ਼ਵਾਸ ਦੀ ਗੱਲ ਨਹੀਂ ਕਰਦੀ ਗੀ, ਮੈਨੂੰ ਇਹਦੇ 'ਤੇ ਪੂਰਾ ਵਿਸ਼ਵਾਸ ਹੈ, ਮੈਨੂੰ ਉਹਦੇ ਹੀ ਸੁਪਨੇ 'ਚ ਆਵਾਜ਼ ਦੇ ਦਿੰਦਾ। ਅਤੇ ਆਵਾਜ਼ ਕਿਹਦੀ ਆਵਾਜ਼ 'ਚ ਆਉਂਦੀ ਹੈ ਮੈਨੂੰ? ਆਵਾਜ਼ ਇਹਦੇ 'ਚੋਂ ਨਿਕਲੂਗੀ, ਆਵਾਜ਼ ਆਊਗੀ ਅੱਪੂ ਦੀ, ਸਹੀ ਹੈ, ਅੱਪੂ ਦੀ ਆਵਾਜ਼ ਆਊਗੀ, ਅਤੇ ਮੈਂ ਉੱਠ ਕੇ ਭੱਜੂੰਗੀ।
एक दिन मैं जेड़े दिन पिन्नियां बनाइया सारा दिन मैं लगी रही पिन्नियां बनाउन। मैं गई थक गई तो मैं एक बारी पै गई तो बाद उठी नहीं तो मन्नत ने मैनू उत्थे ही रोटी ले जाती तो मैं खा के रोटी फिर पै गई। जो मैं भी फोन चलाई जी रही रात को अवे तो खैर मैं फोन देखती हूँ वाहवा टाइम तो जो मैं फोन फान देख के तो लगती ना पैन उदो जशन मैं पै भी गई बिच मूँह करके नींद भी आने लग गई तो जशन एकदम उठे मम्मी मम्मी मैं क्या हाँ कहना मैनू ना बहुत ज़्यादा तेह लगी है तो मैनू पानी चाहिए। जो जशन पानी लिया के दिता जशन ने पानी फड़ के पी लिया पी के पानी तो लड्डू गोपाल जी के मूहरे जा खड़ा जिथे कुर्सी लड्डू गोपाल जी की सैड च पई होंगी पूजा घर के मूहरे तो मूहरे खड़ के कहना मम्मी लड्डू गोपाल जी तो बैठे है। फिर मैं उठी मेरा नियम है मैं हथ धो के आके हथ पूंज के फिर लड्डू गोपाल जी दे लौनी है। तो फिर मैं लड्डू गोपाल जी वास्ते एक अलमारी चो कंबल कढ़िया मैं कहा हुण एडी छेती इहदे कपड़े निघे नहीं होने। फिर मैं बिस्तरे च पाया लड्डू गोपाल जी का बिस्तरा बनाया वे जिहड़ा पा के बिस्तरे च उस तो बाद फिर मैं वह कंबल उत्तों दी दिता। सवेरे उठ के फिर मैं नवा धवा के अग सकाई ते सोरी बोलिया लड्डू गोपाल जी नू। हलो जी हो रही है माँ लक्ष्मी की कथा। लाइट हैगी है अंदर पर अंदर नेरा बहुत है। तो लो जी ये तो सीगिया लोहड़ी दे बारे ते होर ते जिवें गल्लां बातां आपां करदे रहांगे। अज दे ब्लॉग नूं इत्थे ही करदे एंड ते सारयां नूं बाय।